ਸਾਨੂੰ ਵੀ ਕਈ ਬੰਦੇ ਨੇ ਮੌਲਵੀਓ ਤੁਹਾਨੂੰ ਤਾਂ ਟੁੱਕਰ ਲੱਭ ਜਾਂਦੇ ਨੇ ਮਰੋ ਤੁਹਾਨੂੰ ਕੀ ਪਤਾ ਮਸੀਤੜੋ ਓਏ ਮਰੋ ਤਜਾਰਤ ਸਿਆਸਤ ਲੈਣ ਦੇਣ ਨਿਜ਼ਾਮ ਕਿਵੇਂ ਰੋਕੀਏ ਦੁਨੀਆ ਤਾਂ ਹਰ ਸ਼ੈ ਉਹਨਾਂ ਦੇ ਕੋਲ ਐਸਾ ਕਿ ਇਤਨਾ ਦੱਸੋ ਹਜ਼ੂਰ ਕਿਬਲਾ ਕੀ ਬਲਾ ਇਹ ਦੱਸੋ ਜਿਹੜਾ ਰੱਬ ਪੱਥਰਾਂ ਵਿੱਚ ਕੀੜਿਆਂ ਨੂੰ ਰਿਜ਼ਕ ਪਿਆ ਦਿੰਦਾ ਹੈ ਵੱਡਕੇ ਮਰਨ ਤੇਰੇ ਹਜ਼ੂਰ ਦੀ ਉਮਤ ਨੂੰ ਭੁੱਖਾ ਮਾਰੇਗਾ ਵਾਹ 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 ਕੀ ਬਾਤ ਹੈ ਬਹੁਤ ਖੂਬ ਜਾਗ ਰਹੇ ਹੋ ਕਿ ਨਹੀਂ ਕਿ ਤੁਹਾਡੇ ਅਲੱਲੇ ਤਲੱਲੇ ਨਹੀਂ ਸਨ ਲੱਭਣੇ ਇਹਨਾਂ ਨੂੰ ਕੁਝ ਨਹੀਂ ਹੋਣਾ ਫਕੀਰਾਂ ਨੂੰ ਜਿਹੜਾ ਵਿਚਾਰਾ ਗੰਨਾ ਭਾਵੇਂ ਬੀਜੇ ਤੇ ਜਦ ਤੱਕ ਇਹਦੇ ਕੋਲ ਸਸਤਾ ਤੇ ਜਦੋਂ ਉਹਨਾਂ ਕੋਲ ਉਹ ਬੋਲੋ ਤੁਸੀਂ ਜਦੋਂ ਫਸਲ ਇਹਨਾਂ ਕੋਲ ਉਦੋਂ ਸਸਤੀ ਹੈ ਜਦੋਂ ਉਹਨਾਂ ਕੋਲ ਹੈਂ ਉਦੋਂ ਮੰਗੀ ਹੈ ਤੇ ਮੁੜ ਵੀ ਮਜ਼ਲੂਮ ਤਬਕਾ ਸਾਡੀ ਵਾਰੀ ਤਾਂ ਤੁਸੀਂ ਵੀ ਸੁਭਾਨ ਅੱਲਾਹ ਹੌਲੀ ਆਂਦੇ ਹੋ ਨਾ ਸੁਭਾਨ ਅੱਲਾਹ ਹੈਂ ਉਹਨਾਂ ਦੀ ਵਾਰੀ ਆਵੇ ਤੇ ਤਰਾ ਤਰਾ ਝੰਡੇ ਚਾ ਕੇ ਤੂੰ ਨੱਚਦੇ ਰਹਿੰਦੇ ਨੇ ਅੱਜ ਮੇਰਾ ਪੀਆ ਘਰ ਆਇਆ ਹੈਂ ਹੁਣ ਚਸਕੇ ਚਾਈ ਬੈਠੇ ਤੇ ਮੌਜ ਕਰੋ ਇਹ ਕਫਨ ਵੀ ਨਾਲ ਲਾਉਂਦੇ ਨੇ ਮਾਸ਼ਾਅੱਲਾ ਇਹੋ ਜਿਹਾ ਆਵਜਨ ਹੁਣ ਦੁਆ ਕਰੋ ਇਸ ਤੋਂ ਬਾਅਦ ਇਹਦਾ ਕੋਈ ਪਿਓ ਨਾ ਆਵੇ ਅੱਲਾ ਕਰੇ ਤੁਹਾਡੇ ਜੋ ਜਿਹੜਾ ਸਭ ਤੋਂ ਢਿੱਲਾ ਬੰਦਾ ਅਗਲਾ ਸਦਰ ਵਜ਼ੀਰ ਆਜ਼ਮ ਉਹ ਬਣ ਜਾਏ ਅਸਾਂ ਤਾਂ ਤੁਹਾਡੇ ਲਈ ਦੁਆ ਕਰਾਂ ਅਸਾਂ ਚਲੋ ਕੋ ਤੁਹਾਡੇ ਚੋਂ ਕੋ ਬੰਦਾ ਆਵੇ ਲੇਕਿਨ ਤੁਸਾਂ ਵੀ ਜਦੋਂ ਆਣਾ ਮੁੜ ਤੁਸਾਂ ਵੀ ਅੱਖ ਫੇਰ ਲੈਣੀ ਹੈ ਕਈ ਵਾਰੀ ਥੱਲੇ ਬੈਠੇ ਹੋ ਬੰਦੇ ਜਿਹੜੇ ਉੱਤੇ ਆ ਉਹਨਾਂ ਨੇ ਬੋਲ ਸਭ ਜ਼ਰਾ ਇੰਜ ਦੀ ਗੱਲ ਨਾ ਕੀਤੀ ਕਰੋ ਮੈਂ ਕਵਟ ਕੇ ਮਰਨੀ ਤੂੰ ਤਾਂ ਥੱਲੇ ਠੀਕ ਆ ਮੈਂ ਵਾਹ ਵਾਹ ਕੀ ਬਾਤ ਜਗਦੇ ਹੋ ਕਿ ਨਹੀਂ ਉਹ ਵੀ ਜਗਦੇ ਨੇ ਅਸਾਂ ਕਹੋ ਮਿੰਬਰ ਨਹੀਂ ਬਦਲਣਾ ਇਹਨੇ ਇੰਜ ਹੀ ਰਹਿਣਾ ਹੀ काफिर की पहचान के आफाक में गुम है छिता हुआ फिरदा दुनिया पीछे मोमिन की पहचान के गुम उसमें है वाह 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 आफाक दुनिया नु तल्ले रखदा है इस वास्ते वो सारे रुक गए उना के हुन पिछाड़ जाओ जेड़ा हुजूर दा नाम जेड़ा लवे चढ़ अब्दुल्ला इब्ने मसूद ने हुजूर दा नाम लिया कुरान पढ़िया उना के नु कुट्टो इहदा कबीला ही कोई नहीं उना नु बड़ा कुटदे ने जिन्हां दा कोई ना होवे इन्हां नु ए पता नहीं है भाई उना दे साई तकड़े ने वाह 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 क्या बात है पाकिस्तान अखे नुकसान भी हो गए अखेंज भी हो गए अखेंज भी हो गए तो मैं कह मां मर गई ने ओदे ते हाथ चलाओ तलवारां चलाओ ओदे ते बंदूकां चलाओ उना नु फड़ो इधर मां मर गई जिते तुसा फैजाबाद दे पुल ते कोई शा छड्डी नहीं है कोई बात नहीं फर्क सिर्फ इन्ना है तुसा साल 6 महीने बाद च मरना सा पहले मर जाना कब्र च केड़ा मुंह लेके जाओगे हाय हाय सानु रगड़ रगड़ कहंदे ने मौलव अजाने शुक्रिया मौलवी अजाने शुक्रिया साडे लई एजाज है मौलवी दा मतलब है रहमान वाला ते जेड़ा रगड़ पिया सी कबीले ते सिर्फ दो ही ने वाह 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 क्या बात है बहुत खूब और भी किनवाने ने रहमान वाले नु मौलवी मौला वाला असा ते कयामत दे दिन आके हुजूर साडे पल्ले कुछ नहीं सानू ते कुत्ते भी लेवे आंदे ने मौलवी कसम खुदा दी इन्ना एक पढ़े हुए जिन्ना तुहाडे उस्ताद पढ़े हुए अंग्रेजी सानू भी आंदी इन्नी एक आंदी है जिन्नी एक प्रोफेसर नु आंदी लेकिन सानू ओ शौक नहीं है बे उस्तंजा खाने नु लटरी ना खण नाल इल्म बंदा आखे हुण आलिम बंदा पढ़िया लिखे उस्तंजा खाने नु लटरी ना दे माशाल्लाह बहु पढ़िया लिखे कलीन नु कारपेट आंदे कुत्ते नु डोगी आंदे बहु पढ़े होया माशाल्लाह अब्बे नु आंदे पापा पढ़िया लिखे ना ओ जागो तो सही क्या बात है बहुत खूब माशाल्लाह बणवैया ते साले नु आंदा ब्रदर इन ला ए भी नहीं पता बणवैया केड़ा दस फिटे मुंह तेरी अंग्रेजी दा रोंदा तहजीब नु मोहम्मद पाक दे दीन च कसम खुदा दी उस तो वड्डा यतीम ही कोनी जेड़ा जबान नु इल्म समझे वाह वाह वाह
ਜਿਹੜਾ ਜ਼ਬਾਨ ਨੂੰ ਇਲਮ ਸਮਝੇ ਉਸ ਤੋਂ ਬੜਾ ਯਤੀਮ ਕਿਹੜਾ ਹੈ। ਲੰਡੇ ਦੇ ਅੰਗਰੇਜ਼ ਚੱਲੇ ਹੀ ਨਹੀਂ ਜਾਂਦੇ, ਚਾਰ ਜਮਾਤਾਂ ਪੜ੍ਹ ਕੇ ਵਿਚਾਰੇ ਉਹ ਆਉਂਦੇ ਨੇ ਜਨਾਬ। ਕਿਸੇ ਬੰਦੇ ਨੇ ਲੰਡੇ ਦੇ ਅੰਗਰੇਜ਼ ਨੂੰ ਪੁੱਛਿਆ ਨਾ, ਉਹਨੇ ਕਿਹਾ ਰਾਜਨ ਸ਼ਾਹ ਜਾਣਾ ਇਹ ਬਸਤੀ ਇਹ ਸੜਕ ਜਾ ਰਹੀ, ਉਹਨੇ ਕਿਹਾ ਜੀ। ਉਹਨੇ ਥੋੜ੍ਹੇ ਜਿਹੇ ਅੱਗੋਂ ਪੁੱਛਿਆ ਇੱਕ ਪਾਊ ਟਾਈ ਪੈਂਟ ਚ ਫਸੇ ਹੋਇਆ, ਉਹਨੂੰ ਪੁੱਛਿਆ ਰਾਜਨ ਸ਼ਾਹੀ ਜਾਂਦਾ, ਉਹਨੇ ਕਿਹਾ ਯੈਸ। ਉਹਨੇ ਕਿਹਾ ਪਿੱਛੋਂ ਇੱਕ ਸੂਫੀ ਕੋਲ ਪੁੱਛਿਆ, ਉਹ ਆਉਂਦਾ ਜੀ ਅਖਵਾਨ ਪੜ੍ਹਾਈ ਨਾ, ਅਗਰ ਤੁਸੀਂ ਪੜ੍ਹੇ ਲਿਖੋ ਸਕਤ ਜੀ ਆ। ਵਾਹ ਵਾਹ ਕਿਆ ਵਾਹ। ਕਿਉਂਕਿ ਵਿਚਾਰੇ ਨੇ ਇੱਧਰ ਦੇ ਨਾ ਉੱਧਰ ਦੇ ਏਡੋ ਡਰਕੋ ਆਈ ਨੇ ਵਿਚਾਰੇ, ਅੰਗਰੇਜ਼ੀ ਆਉਂਦੀ ਹੈ ਤੈਨੂੰ ਢੇਰ, ਹੈਂ ਦਰਵਾਜ਼ੇ ਨੂੰ ਡੋਰ ਰੱਖਿਆ ਪੜ੍ਹਿਆ ਲਿਖਿਆ ਬੰਦਾ, ਹੈਂ ਕਿਆ ਮਿਜ਼ਾਜ ਹੈ ਖੁਦਾ ਦਾ ਨਾ ਜੇ। ਓਏ ਇਲਮ ਇਹਦਾ ਨਾਂ ਨਹੀਂ, ਇਲਮ ਇਹਦਾ ਨਾਂ ਹੈ ਕਿ ਇਤਨਾ ਪਤਾ ਹੋਵੇ ਪੈਦਾ ਕਰਨ ਵਾਲਾ ਕੌਣ ਹੈ ਤੇ ਸ਼ਫਾਤ ਕਰਨ ਵਾਲਾ ਕੌਣ ਹੈ। ਸੁਭਾਨ ਅੱਲਾਹ, ਵਾਹ ਸਹੀ ਵਾਹ, ਕਿਆ ਬਾਤ ਹੈ, ਬਹੁਤ ਖੂਬ। ਕਸਮ ਖੁਦਾ ਦੀ ਇਹਦਾ ਨਾਂ ਹੈ ਸਿਰਾਤ ਮੁਸਤਕੀਮ ਹੀ ਜੇ, ਹਰ ਸ਼ੈ ਭੁੱਲ ਜਾਓ, ਨਬੀ ਨਾ ਭੁੱਲੇ, ਦੀਨ ਨਾ ਭੁੱਲੇ, ਨਬੀ ਨਾ ਭੁੱਲੇ, ਹਜ਼ੂਰ ਦੀ ਬੈਲੈਂਸ ਬਰਕਰਾਰ ਰੱਖੋ, ਬੈਲੈਂਸ ਬਰਕਰਾਰ ਰੱਖੋ। ਯਾਦ ਰੱਖੋ ਕਿਆਮਤ ਵਾਲੇ ਦਿਨ ਹਜ਼ੂਰ ਜਲਵਾ ਕਰ ਰਹੇ, ਸੱਜੇ ਖੱਬੇ ਹਜ਼ੂਰ ਦੇ ਗੁਲਾਮ ਤੇ ਹਜ਼ੂਰ ਦੀ ਆਲ ਤੇ ਹਜ਼ੂਰ ਦੇ ਯਾਰ ਬੈਠੇ ਹੋਣਗੇ। ਜਿਹੜਾ ਕਿ ਮੈਂ ਇਹਨੂੰ ਨਹੀਂ ਮੰਨਦਾ ਉਹਨੂੰ ਨਹੀਂ ਮੰਨਦਾ, ਕਿਆਮਤ ਵਾਲੇ ਦਿਨ ਕਿੱਧਰ ਮੂੰਹ ਲੁਕਾਏਗਾ। ਜਦੋਂ ਸੱਜੇ ਖੱਬੇ ਹਜ਼ੂਰ ਦੇ ਬੈਠੇ ਹੋਣਗੇ ਗੁਲਾਮ, ਤੇ ਜਿਹੜਾ ਕਿ ਮੈਂ ਇਹਦਾ ਵੀ ਨੌਕਰ ਹਾਂ, ਉਹਦਾ ਵੀ ਨੌਕਰ ਹਾਂ, ਉਹਦਾ ਵੀ ਨੌਕਰ ਹਾਂ, ਤੇ ਜਦੋਂ ਸਾਡੇ ਜੇ ਮੁਜਰਮ ਨੂੰ ਗੁਨਾਹਗਾਰ ਨੂੰ ਵੇਖਣਾ, ਅਬੂ ਬਕਰ ਆਖਣਾ ਹਜ਼ੂਰ ਹੈ ਸਾਡਾ, ਉਮਰ ਆਖਣਾ ਸਾਡਾ, ਉਸਮਾਨ ਆਖਣਾ ਸਾਡਾ, ਅਲੀ ਆਖਣਾ ਸਾਡਾ, ਹਸਨ ਹੁਸੈਨ ਆਖਣਾ ਸਾਡਾ, ਸਾਰਿਆਂ ਨਾਲ ਪਿਆਰ ਕਰਦੇ, ਚੱਸ ਤੇ ਉਹ ਦਵਾਣੀ ਹੈ, ਤੂੰ ਤਕਸੀਮ ਨਾ ਕਰ। ਇਹ ਚਾਹ ਇਹ 1400 ਸਾਲ ਬਾਅਦ ਫੈਲਾ ਕੱਛ 'ਚ ਨਾ ਮਾਰ, ਆਪਣੀ ਔਕਾਤ ਨੂੰ ਸਾਹਮਣੇ ਰੱਖ, ਤੇਰੀ ਮੇਰੀ ਕੀ ਔਕਾਤ ਹੈ, ਉਹਨਾਂ ਦੀਆਂ ਆਜ਼ਮਤਾਂ ਰਿਫਾਤਾਂ। ਵਾਹ ਕਿਆ ਬਾਤ, ਬਹੁਤ ਖੂਬ। ਨੌਕਰ ਬਣ, ਨੌਕਰ ਵਕੀਲ ਨਾ ਬਣ, ਇਹਨਾਂ ਦਾ ਫਕੀਰ ਬਣ, ਇਹਨਾਂ ਦਾ ਫਕੀਰ ਬਣ। ਔਰ ਯਾਦ ਰੱਖ ਕਸਮ ਖੁਦਾ ਦੀ, ਇਹ ਅੱਲਾ ਦਾ ਹੁਕਮ ਹੈ, ਮੁਹੰਮਦ ਪਾਕ ਦੇ ਦੀਨ ਨੇ ਕਾਇਨਾਤ ਤੇ ਗਾਲਿਬ ਆਣਾ, ਕਿ ਆਣਾ ਕਿਰਦਾਰ ਦੇ ਜ਼ਰੀਏ। ਉਸ ਵੇਲੇ ਅੱਲਾ ਐਸੀ ਕੌਮ ਲਿਆਏਗਾ ਜਿਹੜੀ ਨਬੀ ਦੇ ਨੌਕਰ ਗੁਲਾਮ ਬਣ ਕੇ ਆਪਣੇ ਕਿਰਦਾਰ ਝੂਠ ਫਰਾਡ ਧੋਖੇ ਜ਼ਨਾ ਤੋਂ ਬਚ ਕੇ ਹਜ਼ੂਰ ਦੇ ਦੀਨ ਨਾਲ ਇੰਜ ਪਿਆਰ ਕਰਨਗੇ, ਉਹਨਾਂ ਦੇ ਕਿਰਦਾਰ ਦੇ ਨੂਰ ਨਾਲ 90-90 ਲੱਖ ਕਲਮਾ ਪੜ ਚੁੱਕੇ ਨੇ ਤੁਹਾਡੇ ਵੱਡੇ ਵੱਡਿਆਂ ਦੀ। ਆਪਣੇ ਬਜ਼ੁਰਗਾਂ ਦਾ ਕਿਰਦਾਰ ਸਾਹਮਣੇ ਰੱਖੋ, ਇਹ ਹੈ ਉਹ ਰਸਤਾ ਜਿਹੜਾ ਤੁਹਾਡੇ ਕੋਲ ਛੀਨਿਆ ਜਾ ਰਿਹਾ ਤਾਰੀਖ ਦੇ ਜ਼ਰੀਏ।